ਸਤਿ ਸ਼੍ਰੀ ਅਕਾਲ ਦੋਸਤੋ, ਤੋ ਮੈਂ ਬਲਜਿੰਦਰ ਸਿੰਘ। ਵੀਰੇ ਆਹ ਦੇਖੋ, ਸਾਡੇ ਬੂਥ 'ਤੇ ਇੰਨਾ ਬੁਰਾ ਹਾਲ ਹੈ। ਦੋ ਤਿੰਨ ਵਾਰ ਅਸੀਂ ਵੀਡੀਓ ਸਾਨੂੰ ਵੀ ਕਹਿ ਲਿਆ ਜੀ, ਸੁਪਰਵਾਈਜ਼ਰ ਨੂੰ ਫੋਨ ਕਰ ਲਿਆ ਜੀ। ਆਹ ਦੇਖੋ ਡਿਊਟੀ ਸਾਡੀ, ਸਾਡਾ ਇੱਥੇ ਨਾ ਕਿਤੇ ਜੀ ਲਾਈਟ ਦਾ ਪ੍ਰਬੰਧ ਆ। ਆਹ ਬਿਲਡਿੰਗ ਦੀ ਹਾਲਤ ਤੁਸੀਂ ਦੇਖੋ ਕਿੰਨੀ ਖਸਤਾ, ਸਿਰ ਤਾਂ ਇੱਕੋ ਕਮਰਾ ਵਾ। ਅਤੇ ਆਹ ਵੀਰੇ ਮੁਲਾਜ਼ਮਾਂ ਨਾਲ ਇਹ ਕਰਦੇ ਆ, ਉੱਪਰ ਕੁਰਸੀਆਂ 'ਤੇ ਬੈਠੇ ਹੋਏ ਮੁਲਾਜ਼ਮ ਜਿੰਨੇ ਵੀ ਆ, ਸੁਪਰਵਾਈਜ਼ਰ ਹੋ ਗਏ ਚਾਹੇ ਵਿੱਚੇ ਕੋਈ ਵੀ ਹੋ ਗਿਆ, ਇਹਨਾਂ ਨੂੰ ਇਹ ਨਹੀਂ ਦਿਖਦਾ ਵੀ ਇੱਥੇ ਮੁਲਾਜ਼ਮਾਂ ਨਹੀਂ ਆਉਣਾ। ਆਹ ਦੇਖੋ ਵੀਰੇ ਕੱਚੇ ਫਰਸ਼ ਪਏ ਨੇ। ਆਹ ਸਾਡੇ ਬੂਥ ਦੀ ਕੰਡੀਸ਼ਨ ਆ ਇਸ ਟਾਈਮ ਦੀ, ਠੀਕ ਹੈ ਜੀ। ਅਤੇ ਆਹ ਸਾਡੇ ਮੁਲਾਜ਼ਮ ਵਿਚਾਰੇ ਪਰੇਸ਼ਾਨ ਹੋ ਰਹੇ ਨੇ। ਆਹ ਹੁਣ ਮਸਾਂ ਕਿਸੇ ਨੂੰ ਕਹਿ ਕੇ, ਆਹ ਦੇਖੋ ਸਾਡੀਆਂ ਟਾਕੀਆਂ ਦਾ ਹਾਲ ਕਿੰਨਾ। ਕਿਸੇ ਟਾਕੀ ਨੂੰ ਕਿਸੇ ਵੀ ਕਿਸੇ ਕੋਈ ਗ੍ਰਿਲ ਕੋਈ ਫਾਟਕ ਕੁਛ ਨਹੀਂ ਹੈਗਾ, ਸਿੰਪਲ ਇੱਕ ਪਰਦਿਆਂ ਦੇ ਨਾਲ ਹੋਇਆ ਗਿਆ। ਅਤੇ ਲਾਈਟ ਦਾ ਹਜੇ ਹੁਣ ਪ੍ਰਬੰਧ ਕੀਤਾ, ਉਹ ਵੀ ਕਿਸੇ ਗੁਆਂਢੀਆਂ ਦੇ ਘਰਾਂ ਤੋਂ ਲਾਈਟ ਲੈ ਕੇ। ਇੱਥੇ ਇਹ ਬੰਦੇ ਦੇਖੋ ਜੀ ਬੂਥਾਂ ਦੀ ਲੋਕੇਸ਼ਨ ਭੇਜਦੇ ਨੇ। ਅਤੇ ਇਹ ਮਾਜਰੀ ਫਾਟਕਾਂ ਹੈਗਾ, ਇਹ ਸਰਹੰਦ ਹਲਕੇ ਦੇ ਵਿੱਚ ਪੈਂਦਾ। ਅਤੇ ਇਹ ਪੂਰੀ ਪੋਲਿੰਗ ਪਾਰਟੀ ਇਸ ਟਾਈਮ ਪੂਰੀ ਤਰ੍ਹਾਂ ਇਹ ਸਿਸਟਮ ਤੋਂ ਪ੍ਰਭਾਵਿਤ ਹੋਈ ਹੋਈ ਆ। ਆਹ ਫਰਸ਼ ਦੇਖ ਲਓ ਜੀ ਕੀ ਹਾਲ ਹੈ ਜੀ। ਅਤੇ ਫਿਰ ਸਕੂਲਾਂ ਵਿੱਚ ਜੇ ਕਿਸੇ ਟੀਚਰ ਦਾ ਜੇ ਕੋਈ ਲੈਟਰਿਨ ਬਾਥਰੂਮ ਵੀ ਸਾਫ਼ ਨਹੀਂ ਨਾ, ਫਿਰ ਆ ਕੇ ਇਹ ਸਸਪੈਂਡ ਕਰਨ ਤੱਕ ਜਾਂਦੇ ਆ। ਆਹ ਹੁਣ ਸਾਡੀ ਹਾਲਤ ਦੇਖ ਲਓ ਕਿੰਨੀ ਆ। ਅਤੇ ਇਹਨੂੰ ਬਾਈ ਵੱਧ ਤੋਂ ਵੱਧ ਲਾਈਕ ਕਰਿਓ, ਅਤੇ ਉੱਪਰ ਤਾਂ ਕਿ ਇਹ ਇਲੈਕਸ਼ਨ ਕਮਿਸ਼ਨ ਤੱਕ ਇਹ ਜਿਹੜੀ ਗੱਲ ਆ ਇਹ ਚਲੀ ਜਾਵੇ।